सीमा सीमा, हाँ जी हाँ जी, गल सुन मेरी, फटाफटा फटाफट। फटाफट की हो गया? कुछ नहीं होया, मैं ना जिहड़ी बुटीक वाली नहीं, सूट वेचदी है ना, दुकान ओहदी अपनी, गुरप्रीत, आहो उहनूं मैं सद्दिया ही ते वादे वास्ते सूट लै के सद्दिया कि तुसीं सूट ले लो एक एक चंगा, ते ओह आउण लगी हैगी हुण, पसंद कर ली आपां अपना, हुण तुहाडा सरिया नहीं ना कुछ ਵੀ ਉਹਨੇ ਤਾਂ ਬੈੱਡ ਲੈ ਆਉਂਦਾ ਤੇ ਸੀਮਾ ਨਾਰਾਜ਼ ਨਾ ਹੋ ਜਾਈ ਤੇ ਹੁਣ ਮੈਂ ਸੂਟ ਦਵਾ ਦਿੰਦੀ ਇਹਨੂੰ, ਇਹਦਾ ਗੁੱਸਾ ਠੰਡਾ ਰਹੇ। ਮੰਮੀ ਤੁਸੀਂ ਨਾ ਵੀ ਸੂਟ ਲਿਆ ਕੇ ਦਿੰਦੇ, ਮੈਂ ਤਾਂ ਵੀ ਨਹੀਂ ਕਲੇਸ਼ ਪਾਉਣਾ, ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ। ਅੱਛਾ ਕੋਈ ਗੱਲ ਨਹੀਂ, ਸੂਟ ਤਾਂ ਲੈ ਕੇ ਦੇਣਾ ਪਾਉਣ ਵਾਸਤੇ, ਆਪਣੇ ਪਸੰਦ ਦਾ ਲੈ ਲਈ, ਉਹਨੂੰ ਵੀ ਆਖਦੀ ਨਹੀਂ ਉਹ ਵੀ ਲੈ ਲੂਗੀ। ਅੱਛਾ ਉਹਨੂੰ ਸ਼ੰਮੀ ਨੇ ਵੀ ਲੈ ਕੇ ਤੋਰ ਤੇ ਰਾਧਾ ਨੂੰ ਵੀ ਲੈ ਲਓ ਇੱਕ, ਉਹਦਾ ਵੀ ਉਹ ਗਈ ਆਪਣੀ ਸਹੇਲੀ ਨੂੰ ਮਿਲਣ ਅੱਜ, ਤੁਸੀਂ ਆਪੇ ਪਸੰਦ ਕਰ ਲਿਓ ਕੋਈ। ਆਹ ਫਿਰ ਉਹਦੇ 'ਚ ਵੀ ਕਰ ਲਵਾਂਗੇ ਪਸੰਦ। ਤੇ ਕੀ ਫੋਨ ਕਰ ਕੀਤਾ ਹੈ? ਆਹੋ ਆਉਂਦੇ ਹੀ ਆ। ਅੱਛਾ ਹੋਣੀ ਆ ਗਈ ਹੋਣੀ ਆ, ਲੋ ਲੱਗੇ ਸਾਡੇ ਵੇਖ ਲੈਣੇ ਫਿਰ ਸੂਟ। ਸੂਟ ਤੇ ਵੈਸੇ ਉਹਦੇ ਚੰਗੇ ਹੁੰਦੇ ਪਰ ਮੰਮੀ ਮੰਮੀ ਸੂਟ ਤੇ ਚੰਗੇ ਹੁੰਦੇ ਪਰ ਰੇਟ ਬੜਾ ਲਾਉਂਦੀ ਜੇ। ਕੋਈ ਗੱਲ ਨਹੀਂ, ਤੁਸੀਂ ਪਸੰਦ ਕਰੋ, ਰੇਟ ਦੀ ਨਹੀਂ ਕੋਈ ਗੱਲ, ਉਹ ਨਾ ਨਾ ਹੋਏ। ਮੈਂ ਕੋਈ ਇੱਕੋ ਜਿਹੇ ਮੰਗਾਏ, ਮੈਂ ਇੱਕੋ ਜਿਹੇ ਲਿਆਵੀ। ਬੂਹਾ ਤੇ ਖੁੱਲ੍ਹਾ ਹੀ, ਭਲਾ ਜਿਹੜਾ ਮਰਜ਼ੀ ਅੰਦਰ ਆਉਂਦਾ ਬੰਦਾ ਬੂਹਾ ਤੇ ਬੰਦ ਕਰੇ ਆਪਣਾ, ਪਤਾ ਕੀ ਮਾਹੌਲ ਚੱਲਦਾ। ਫਿਰ ਕਹਿੰਦੇ ਚੋਰੀਆਂ ਹੋਏ, ਚੋਰੀਆਂ ਤੇ ਹੋਏ ਲੋਕੀ ਆਪ ਹੀ ਕਰਵਾਉਂਦੇ। ਆਂਟੀ ਜੀ ਆਂਟੀ ਜੀ ਭਾਬੀ रोटी खाने रोटी आ जा, कोई गल नहीं, दुकान केड़ी दूर है, बाहर सड़क पे दुकान है। घर मैं गड्डी ते थोड़ी आई, जेड़ा मेरा तेल लग जाएगा, तुर के आई हां, जूस पी ली ना फिर। गुरप्रीत छोटी नू आ लंदे, ओने कहना पहलो ही पसंद करके बह गई है। नहीं नहीं सारे नू बुला लेना चाहिदा, पता कि मुड़के इंजी करदी है, एक नू विखाओ दूजी कहेगी ओने मैं मेनू पसंद नहीं। भैन घर लड़ाई पै जे ਤੂੰ ਉਦੋਂ ਹੀ ਖੋਲਦੀ ਜਦੋਂ ਆਏਗੀ ਮੰਮੀ ਮਾਰ ਮਾਰ, ਇਸੇ ਕਰਕੇ ਤੈਨੂੰ ਘਰ ਸੱਦਿਆ ਵੀ ਦੋਵੇਂ ਆਪਣੀ ਪਸੰਦ ਦੇ ਲਈ ਲੜਗੀਆਂ। ਇੰਜ ਦੀ ਕਾਲੀ ਨਹੀਂ ਨਹੀਂ ਆ, ਹਾਂਜੀ ਮੰਮੀ ਬਟਾ ਬੈ ਜਾ, ਸਤਿ ਸ਼੍ਰੀ ਅਕਾਲ ਬੀਜੀ। ਆ ਸੂਟ ਲਿਆਂਦੇ ਆ ਤੇ ਪਸੰਦ ਕਰ ਲੋ, ਇੱਕ ਇੱਕ ਆਪਣੀ ਮਰਜ਼ੀ ਦਾ ਤੁਸੀਂ ਲੈ ਲਓ। ਹੋਰ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਵੇਖ ਲੈਣਾ ਸੀ ਮੰਮੀ ਜੀ ਖੋਦੀ, ਤੁਸੀਂ ਕਾਫੀ ਦੇਰ ਦੇ ਆਏ ਆ ਦੀਦੀ, ਉਦੋਂ ਦੀ ਤਾਂ ਤੁਸੀਂ ਮੈਨੂੰ ਆਏ ਨਹੀਂ ਮਾਰੀ, ਉਹ ਤਾਂ ਜਦੋਂ ਬਾਹਰ ਹੀ ਪਏ ਆ, ਜਦੋਂ ਖੋਲੇ ਵੀ ਨਹੀਂ ਹੁੰਦੇ ਗੁਰਪ੍ਰੀਤ ਦਾ ਆਵਾਜ਼ ਦਿੱਤੀ ਹੈ ਭਾਬੀ ਜੀ, ਮੈਂ ਨਹੀਂ ਆਈ ਆ ਹੁਣੇ, ਨਾ ਲੈ ਐਂਟਰੀ ਕੀਤੀ, ਪਾਣੀ ਵੀ ਨਹੀਂ ਪੀਤਾ, ਕੁਝ ਵੀ ਨਹੀਂ। सारा वर्क होया है, बहुत जचना भाभी जी, ਤਰਾ ਦਾ ਉਹ ਕਿੰਨਾ ਸਾਫ ਹੈ, ਹੋਰ ਨਾ ਆ ਰਹੀ ਹੈ ਨਹੀਂ, ਅੱਛਾ ਦੁਪੱਟਾ ਬੜਾ ਸੀ, ਪਿੰਕ ਹੈ ਨਾ ਦੁਪੱਟਾ, ਕੋ ਫਲਾਵਰ ਵਾਲਾ ਪਲੇਨ ਹੀ ਹੈ ਸੂਟ ਸੀ। ਗੁਰਪ੍ਰੀਤ ਤੇਰੇ ਦੁਕਾਨ ਦੇ ਨਾ ਕੱਪੜਾ ਬੜਾ ਵਧੀਆ ਹੁੰਦਾ ਨੇ, ਹੱਟ ਦਾ ਬੜਾ ਵਾ, ਆ ਮੈਨੂੰ ਵੀ ਵਿਖਾ ਦੇ ਤੇ ਮੈਨੂੰ ਮੂੰਹ ਵੇਖਣ ਨੂੰ ਬਣਾਇਆ ਹੀ, ਵਿਖਾ ਲਈ ਭਾਬੀ ਦੀ, ਕੀ ਕਰਕੇ ਵਿਖਾਉਂਗੀ, ਕਾਲੀ ਕਿ ਬੰਦੇ ਦੀ ਵਿਖਾ। ਗੁਰਪ੍ਰੀਤ ਪਹਿਲੋ ਉਧਰ ਵਿਖਾ, ਉਧਰ ਵਿਖਾ ਕੋ ਤੂੰ, ਚਲੋ ਮੈਂ ਮੇਰਾ ਤੇ ਕੰਮ ਆਂਡੀ ਤੇ ਵੇਚਣਾ ਹੈ, ਬਸ ਤੂੰ ਇੱਥੇ ਪਾਈ, ਇੱਥੇ ਰੱਖ ਦੋ ਕਿ ਮੈਂ ਉੱਥੇ ਉਹਨਾਂ ਨੂੰ ਵਿਖਾ ਦੇਣਾ ਹੈ, ਇੱਥੇ ਵਿਖਾਈ ਜਾ, ਮੈਂ ਤੇ ਵੇਚਣ ਹੀ ਆਈ ਆ, ਭਾਵੇਂ ਤੁਸੀਂ ਵੇਖੇ ਸੱਸ ਵੇਖੇ ਭਾਵੇਂ ਨੂੰਹ ਵੇਖੇ, ਮੈਨੂੰ ਕੀ, ਤੇ ਜੇ ਮੈਂ ਵੇਖਣੇ ਹੁੰਦੇ ਤੇ ਫਿਰ ਤੇ ਮੈਂ ਦੁਕਾਨ ਤੇ ਚਲੀ ਜਾਣਾ ਸੀ ਵੇਖਣੇ, ਤੇ ਇਹਨਾਂ ਨੇ ਤਾਂ ਤੇ ਤੈਨੂੰ ਘਰ ਸੱਦਿਆ,
मस्टर्ड कलर पता कि सोहना है जी बड़ा जचना है आहो इन्हां नूं लै लै ते मेरी कोई गल नहीं थोड़ी महंगी तू रख पसंद पसंद रंग बड़ा जचना है रंग साफ है ना बड़ा सोहना लगता है आंटी जी आगे 2000 हां2000 ਜੇਕੋ ਕਲਰ ਚ ਫਰਕ ਹੋਏਗਾ ਚਲ ਇਹਦੇ ਨਾਲ ਤਾਂ ਮੈਨੂੰ ਵੀ ਲਿਆ ਦੇ ਸੋਨਾ ਪਰ ਪਿਓਰ ਦਾ ਦੁਪੱਟਾ ਹੈ ਨਾਲ ਸੂਟ ਤੇ ਸੋਨਾ ਪਰ ਭਾਬੀ ਜੀ ਇਹ ਲਾਸਟ ਪੀਸ ਹੈ ਆ ਕਰਵਾ ਚੌਥ ਤੇ ਦੀਵਾਲੀ ਤੇ ਸਾਰੇ ਸੂਟ ਲੱਗ ਗਏ ਅੱਛਾ ਤੇ ਹੁਣ ਇਹਦੇ ਵਿੱਚ ਆਈਓ ਤੁਸੀਂ ਇਹਨਾਂ ਵਿੱਚ ਕਰ ਲਓ ਇਹ 2000 ਵਾਲੇ ਵੀ ਬੜਾ ਸੋਹਣਾ ਹੈਗਾ ਫਿਰ ਮੰਮੀ ਮੈਂ ਆ ਲੈ ਲੈਣੀ ਆ ਗੁਰਪ੍ਰੀਤ ਆ ਮੇਰੇ ਨਾਲ ਦਾ ਸੂਟ ਹੋਰ ਕਿਸੇ ਨੂੰ ਨਹੀਂ ਦੇਣਾ ਜਦੋਂ ਮੈਂ ਲੈ ਲਿਆ ਤੇ ਹੋਰ ਕੋਈ ਇਹਦੇ ਨਾਲ ਦਾ ਸੂਟ ਨਾ ਪਾਵੇ ਆ ਪੈਕ ਕਰਕੇ ਤੇ ਮੈਨੂੰ ਫੜਾ ਇੱਧਰ ਕਰ ਪੈਕ ਛੇਤੀ ਕਰ मैं तेन कह उन्हें तो पसंद करो नहीं मानती तो की करिए अं तेन क्या एक जो लिया तू भी वे एक महंगा रख लिया मैं शम्मी तो वधिया ही हुण आपां घट रेट दे लई उहने महंगा सूट लै लिया मम्मी फिर हाथ ही उहनूं पाउंदी है जिथे पैसे ज्यादा लगते हैं तो घट में थोड़ी चीज लेंदी माड़ी चीज नहीं पसंद करती बिल पता नहीं आखी चलती होंगी भी कड़ा मैं लैना फटाफट लैके तो पासे आ मैं दे दो चल दे दो आप कर दे ले फड़ा मैं आनी मैं देर दोबारा ₹2000 पंगा पा लिता दो सूट लिया मैं इको लिया उन्हें दो लिया की कर दे पुत एक का कर ला सोना आ भी सोना लगता है ਪੈਂਤੀ ਸੋ ਰੁਪਿਆ
चंगी ने जे गल शम्मी दी वेलो उन्हू आप समझदारी वरतनी चाहिए इतने भी वेखो बहरो कुड़ी आई सूट विखाउण ते मैं जे कहण दे मम्मी भी इको रेट दे ते चल मम्मी क्यों मैं इन्ना ओ छड्ड दा दूजा ले लो मगर ना आंटी नहीं लैके देना ते जो मैं पसंद ओही लैके दो उदास ना होगी बाल बथेरे मारे तू आके उत्थे वेख लो पर तुहाडे घर मैं ना माल नु मैं की करना लड़ाई पौनी मैं अपने घर अरेंज नहीं ना करना चाहिदा समझना चाहिदा तन्नू की पता की कुछ करदी है ते की कुछ नहीं करदी सानू पुछ के वेख आही जरन रहे अही टाइम कढन रहे वे होर कोई हुंदा ते इत्थे कलेश होणा ही पै जाणा तेरे हुंदे आ अजे वेख ना सूट खोले नी ते आंदे आंगे पहले इहो ही किया मेनू हुण आवाज मारी जे मैं तेरे ते जान के लंदी मैं के सूट हैना ਆਹੋ ਬੜੀ ਅਮੀਰ ਮੈਂ ਇਸੇ ਕਰਕੇ ਨਾ ਤੈਨੂੰ ਘਰ ਬੁਲਾਇਆ ਹੈ ਵੀ ਦੋਵੇਂ ਘਰੇ ਲੈ ਲੈਣਗੇ ਮੈਂ ਕਿੱਥੇ ਇਹਨਾਂ ਨੂੰ ਲੈ ਕੇ ਜਾਊਂਗੀ ਉਹ ਘਰ ਬੁਲਾਇਆ ਤਾਂ ਵੀ ਉਹ ਪੰਗਾ ਪਿਆ ਕਿਤੇ ਉੱਥੇ ਜਾ ਕੇ ਦੁਕਾਨ ਤੇ ਆ ਕੇ 10000 ਦੇ ਸੂਟ ਨੂੰ ਹੱਥ ਪਾ ਦਿੰਦੇ ਇਹਦਾ ਕੀ ਪਤਾ ਉਹਨਾਂ ਨੇ ਤੇ ਤਾਂ ਬੁਲਾਇਆ ਮੇਰੇ ਨਾਲ ਤੇ ਰਹਿੰਦੀ ਟੇਡੀ ਆ ਤੇ ਇੱਕਦਮ ਉਧਰ ਤੇ ਇੱਕਦਮ ਉਧਰ ਤੇ ਮੰਮੀ ਨੇ ਦੀ ਕਿਵੇਂ ਕਰਨਾ ਦੋਨਾਂ ਨੂੰ ਤਾਂ ਕਹਿੰਦੇ ਹੀ ਘਰ ਆ ਜਾ ਤੂੰ ਹੁਣ ਤੈਨੂੰ ਮੇਨ ਗੱਲ ਤੇ ਆਪਾਂ ਦੱਸੀ ਨਹੀਂ ਆ ਮੇਰੀ ਦੁਕਾਨ ਤੇ ਆ ਕੇ ਤੁਹਾਡਾ ਲੜਾਈ ਹੋਈ ਉਹ ਦੁਨੀਆ ਤਾਂ ਮਸ਼ਾ ਹੀ ਵਖਾਣ ਵਾਲਾ ਗੱਲ ਹੈ बैठिया खलोत्या की गल करिए की न्यू ती नू बोलीये तानू जदों मैं कहा इको जिहा सूट पसंद करो मैं आ लैणा ओही ना मम्मी इन तां आप नू छड़ी शर्म होनी चाहीदी आ ਵੀ ਕੋਈ ਆਇਆ ਬਾਹਰੋਂ ਤੇ ਮੈਂ ਥੋੜ੍ਹੀ ਜਿਹੀ ਚੱਜ ਨਾਲ ਗੱਲ ਕਰਾਂ ਮੈਂ ਕਹਾਂ ਵੀ ਜੇ ਮੰਮੀ ਨੇ ਕਿਹਾ ਵੀ ਕੁਝ ਘਰੇੜ ਦੇ ਤੇ ਚੱਲ ਮੈਨੂੰ ਵੀ ਮੰਮੀ ਉਹਦੇ ਨਾਲ ਦਾ ਲੈ ਦਿਓ ਇਹ ਤਾਂ ਸਿਆਣਪ ਹੁੰਦੀ ਬੰਦੇ 'ਚ ਪਰ ਉਹਦੀ ਸਿਆਣਪ ਕਿੱਥੇ ਉਹ ਤਾਂ ਕਹਿੰਦੀ ਵੀ ਮੈਂ ਤਾਂ ਵੱਡੇ ਘਰ ਦੀ ਮੈਂ ਵੱਡੀ ਹਾਂ ਇਹਨਾਂ ਤੋਂ ਜੇ ਮੈਂ ਉੱਥੇ ਕਰਦੀ ਤਾਂ ਉੱਥੇ ਦੁਨੀਆ ਵੇਖਦੀ ਤਾਂ ਕੀ ਕਹਿੰਦੀ ਜੇ ਇਸ ਤਰ੍ਹਾਂ ਉੱਥੇ ਕਰਦੀ ਉਹਨਾਂ ਨੇ ਸਟੈਂਟ ਦੂ ਨਾ ਉਹਦੇ ਇਸ ਤਰ੍ਹਾਂ ਕਰਦੀ ਮੰਮੀ ਆਪਾਂ ਤਾਂ ਫੇਰ ਮੈਂ ਤਾਂ ਫੇਰ ਚੁੱਪ ਕੀਤੀ ਰਹਿਣਾ ਮੈਂ ਕੀ ਬੋਲਣਾ ਮੈਂ ਨਹੀਂ ਬੋਲ ਸਕਦੀ ਇਹਦੇ ਅੱਗੇ ਕੋਈ ਨਾ ਕੋਈ ਨਹੀਂ ਹੁਣ ਜੋ ਯਾਰ ਰਾਧਾ ਨੂੰ ਦੇ ਦਿੰਦੇ ਪਿੰਕ ਕਲਰ ਦਾ ਤੇ ਆ ਮੈਂ ਸਵਾ ਲਾ ਰੱਖ ਲਾ ਆ ਲਫਾਫੇ ਚ ਪਾ ਕੇ ਤੇ ਉਹ ਵੀ ਪਾ ਕੇ ਨਹੀਂ ਕਰੀ ਚਿੜ ਗਈ ਨੂੰ ਕਾਲੀ ਕਰ ਮੇਰੀ ਗੱਲ ਸੁਣੋ ਹਾਂ ਜੇ ਤੂੰ ਮੈਨੂੰ ਸੂਟ ਪਸੰਦ ਹੈ ਇੱਥੇ ਕਰਨੀ ਨਹੀਂ ਦੇਣਾ ਤੇ ਮੈਨੂੰ ਕੀ ਕਰਨ ਨੂੰ ਬੁਲਾਇਆ ਸੀ ਇੱਥੇ ਫਿਰ ਮੈਨੂੰ ਕਿਹਾ ਕਿਉਂ ਨਹੀਂ ਵੀ ਆਣ ਕੇ ਤਾਂ ਸੂਟ ਪਸੰਦ ਕਰ ਲਾ ਅਗਲੇ ਦੇ ਸਾਹਮਣੇ ਤੂੰ ਚੰਗੇ ਬਣ ਜਾਂਦੇ ਜੇ ਇਹ ਗਲੀ ਦੀ ਕੁੜੀ ਆ ਉਹਦੀ ਦੁਕਾਨ ਆ ਤੇ ਅਗਲੀ ਇਹ ਨਾ ਸੋਚੇ ਕਿ ਦੂਜੀ ਛੋਟੀ ਨੂੰ ਉਹਨੂੰ ਆਵਾਜ਼ ਨਹੀਂ ਮਾਰੀ ਮੈਂ ਉਹਦੇ ਸਾਹਮਣੇ ਤੇ ਲਫਾਫੇ ਬਣਾਉਣ ਡਈ ਆ ਜੇ ਤੇ ਜੇ ਮੈਂ ਸੂਟ ਆਪਣੀ ਪਸੰਦ ਦਾ ਚੁੱਕ ਲਿਆ ਵਾ ਤਾਂ ਤੁਹਾਨੂੰ ਨਾਲ ਹੀ ਮੈਂ ਨਹੀਂ ਦੰਦਲ ਪੈਣ ਨੂੰ ਫਿਰਨ ਡਈ 900 ਨਹੀਂ ਦੰਦਲ ਦੀ ਗੱਲ ਛੱਡ ਤੈਨੂੰ ਆਵਾਜ਼ ਮਾਰ ਕੇ ਹੀ ਉਹਨੇ ਬੈਗ ਖੋਲਿਆ ਵਾ ਤੂੰ ਪਹਿਲਾਂ ਕਿਉਂ ਨਹੀਂ ਖੋਲਿਆ ਮੈਂ ਉਹਨੂੰ ਖੋਲਣ ਨਹੀਂ ਦਿੱਤਾ ਅਗਲੀ ਤਾਂ ਉਹਨੂੰ ਛੱਡ ਲਓ ਆਪ ਸੋਚ ਵੀ ਜਦੋਂ ਮੰਮੀ ਨੇ ਕਿਹਾ ਵੀ ਕੁਝ ਘਰੇੜ ਦੇ ਸੂਟ ਹੋਣੇ ਇਹ ਇੱਕੋ ਦੇ ਕੋ ਵੱਧ ਵਾਲਾ ਪੈ ਗਿਆ ਤੇ ਤੂੰ ਆਪ ਸਮਝ ਕੱਢ ਦੇ ਉਹਨੂੰ ਬਾਹਰ ਜਿਹੜੇ ਕੋ ਨਹੀਂ ਲੋ ਤੇ ਮੈਨੂੰ ਪਤਾ ਵਾ ਕਿ ਆਹ ਸੂਟ ਦਾ ਰੇਟ ਜ਼ਿਆਦਾ ਵਾ ਹੁਣ ਮੈਨੂੰ ਜੋ ਚੀਜ਼ ਪਸੰਦ ਆਈ ਮੈਂ ਵਿੱਚੋਂ ਚੁੱਕ ਲਈ ਆ ਮੈਨੂੰ ਰੇਟ ਦਾ ਨਹੀਂ ਪਤਾ ਹੈਗਾ ਵੀ ਚੱਲ ਹੁਣ ਤੇ ਪਤਾ ਲੱਗ ਗਿਆ ਨਾ ਤੂੰ ਉਦੋਂ ਹੀ ਸਮਝਦਾਰੀ ਕਰ ਲੈਂਦੀ ਵੀ ਮੰਮੀ ਜੇ ਉਹਨਾਂ ਦੇ ਨੇ ਆ 2000 ਦੇ ਤੇ ਮੈਨੂੰ ਵੀ ਉਹਦੇ ਰੇਟ ਦਾ ਲੈ ਦੋ ਉਹ ਹੈ ਹੀ ਸੀ ਥੱਲੇ ਸੂਟ ਮੰਮਾ ਦੀਦੀ ਐਡਾ ਕੋਈ ਪਈਆ ਨਹੀਂ ਪਿਆ ਹੁੰਦਾ ਕਿ ਜੇ ਤੁਸੀਂ 2000 ਦਾ ਲਿਆ ਤਾਂ ਮੇਰਾ ਵੀ 2000 ਦਾ ਹੋਣਾ ਚਾਹੀਦਾ ਜਿਹੜੀ ਚੀਜ਼ ਮੈਨੂੰ ਪਸੰਦ ਮੈਂ ਲੈ ਲਈ ਆ ਐਡੀ ਕੋਈ ਗੱਲ ਨਹੀਂ ਹੈਗੀ ਨਾ ਨਾ ਮੰਮੀ ਉਹਨੇ ਤੇ ਮਹਿੰਗੀ ਲੈਣੀ ਆ ਉਹਦਾ ਘਰ ਵਾਲਾ ਮਿੱਟੀ 'ਚ ਮਿੱਟੀ ਹੁੰਦਾ ਵਾ ਉਹਨੇ ਤੇ ਪਾਉਣਾ ਹੀ ਆ ਮੇਰਾ ਘਰ ਵਾਲਾ ਤੇ ਨੌਕਰੀ ਕਰਦਾ ਵਾ ਉਹ ਕੋਈ ਕੋਈ ਚੱਜ ਦਾ ਕੰਮ ਥੋੜੀ ਕਰਦਾ ਵਾ ਮੈਂ ਨਾ ਸੀਮਾ ਦੀਦੀ ਕੱਲ ਦੇ ਤੁਹਾਡੇ ਤੇਵਰ ਵੇਖਣ ਨਹੀਂ ਜਦੋਂ ਦਾ ਮੇਰਾ ਬੈੱਡ ਨਵਾਂ ਆਇਆ ਵਾ ਤੁਸੀਂ ਇੱਕ ਵਾਰੀ ਦੋਵੇਂ ਜਾਣੀਆਂ ਕਿਤੇ ਬੈੱਡ ਵੇਖਣੀ ਮੇਰਾ ਆਈਆਂ ਕਿਤੇ ਮੈਨੂੰ ਵਧਾਈ ਨਹੀਂ ਦਿੱਤੀ ਗੱਲ ਨਹੀਂ ਬਾਤ ਨਹੀਂ ਮੈਨੂੰ ਬੜਾ ਪਤਾ ਨਹੀਂ ਆ ਵੀ ਤੁਹਾਨੂੰ ਪੈ ਗਿਆ ਸਾੜ ਉਹ ਗੱਲ ਹੁਣ ਤੁਸੀਂ ਸੂਟਾਂ ਦੀ ਕੀਤੀ ਆ ਤੁਸੀਂ ਕੀਤੀ ਵਿਗਾਰ ਪੂਰੀ ਵੀ ਹਾਂ ਸ਼ੰਮੀ ਇੱਥੇ ਆ ਜਾ ਜਿਹੜਾ ਤੈਨੂੰ ਪਸੰਦ ਵਿੱਚੋਂ ਵੀ ਸ਼ੰਮੀ ਕਹਿ ਜੂ ਕਿ ਮੈਂ ਨਹੀਂ ਲੈਣਾ ਨਹੀਂ ਐ ਤੇ ਮੇਰਾ ਹੱਕ ਹੈ ਮੈਂ ਕਿਉਂ ਨਾ ਲਵਾਂ ਜੋ ਮੈਨੂੰ ਪਸੰਦ ਮੈਂ ਤੇ ਚੁੱਕ ਲਿਆ ਫਿਰ ਤੂੰ ਸਾਨੂੰ ਇੱਕ ਵਾਰੀ ਵੀ ਕਿਹਾ ਕਿ ਆ ਜਾ ਸਾਡੇ ਬੈੱਡ ਵੇਖ ਲੋ ਕਿਹਾ ਇੱਕ ਵਾਰੀ ਮਾਨ ਨਾ ਕਹਿੰਦੀ ਤੇ ਕੀ ਗੱਲ ਆਪਾਂ ਨਾ ਜਾਂਦੇ ਸੀਮਾ ਦੀਦੀ ਮੈਂ ਤੁਹਾਨੂੰ ਕੀ ਕਹਿਣਾ ਹੈ
जिदन बैड ऑर्डर किया वा तुम तो उदन ही है इन्ना तुम कलेष पाया कोई गल नहीं करने वाली हूं तो इस गल का रणजीत भी सारा पता लगन डे वा पहले उन्हें सारे सपोर्ट करते पर हूँ कोई सपोर्ट नहीं कर इस टाइम वो एह कह डे कहते बहुत माड़ी साढ़े ना की सड़बल कोला हो गए बैड वेख के तेरी बोली बोलनी है हूं तू जो कहनी है सड़बल के कोला हो गए दंदला पै गई तो उन्हें भी तेन जी बोलना ही पोत ओ जा होना चाहिए पोत ओ जा भी नौ ओ जी होनी चाहिए जदो मेरी चीज आई है तुहानू पता की चाहिए मम्मी ने तेन की पता तबीयत ठीक नहीं मैं दवाई लैन गई उन्होंने कोल्ड ना बुरा हाल ही मैं बाजार गई अद्धी रात तुहानू होगी रोटी पानी बनाने वाला तुहानू नहीं पता आप बना रोटी पानी मैं सवेरे सारा रसोई का किया अद्धी रात मैं सारा काम किया हूं जे ए बाजार आंदियां मैं इन्होंने कलेश करा जा मैं किदा करा जे अभी नवी बन गई आ तो तू भी कर सकती काम कोई जरूरत नहीं सवेरे किया तो शामी नहीं करना जो मैं बाजार चली गई मैं दवाई लैन चल गई तो तू घर सामने हाँ मम्मी गल तो यो ही कि मैं काम करने रखी है ना जो मैं कोई चीज चुक दी जब मैं कोई चीज लेनी है तो ना ही तुम बस साड़ा पैंता मेनू अड बारी कर दे मैं अपना चौंका चूल्हा अपनी रोटी वखरी बनावा वखरी बना चते पैर अड अड कलहणे वांगू काम करती रहिंदी आ ते गल खोर बणदी फिरदी आ ते इना प्यार भी देंदे आ भी चल प्यार ना किते समझ जे ते तो प्यार भी नहीं लेना आउंदे हैगा दस फिर भी अड दी गल ना आ सच दी बचया किथे आ प्यार ते महा तानू माफ कौंडे आ सस दा ते घर वाले दा भी तू तू मेरे लागे आके बहुत प्यार लाओ फिर ओनू मिले ओ आके बैंदी आ ते लेंदी आ तू तो उठे वेख के सड़ जानी है दोवे बैठिए मैं नहीं लागे जाना मैं तुहाडे तो कड़ी गल सड़ना सड़दी है दोवे गल्ला करन डी मैं सूट बढ़िया तां कलेश पाती जे मैं बैड लाया तां कलेश तो फर्क सीगा तां तेनु क्या है बैड मंगाया ते जानी ना कोई बारे नहीं आ ना मारे क्यों होना वा अही पागल हो गए हां जी मैं छोटी लाके ना तू चतरो बन गई मेरीयां अपनीयां कोलियां चार बढ़ाओ जड़ियां मैनु देणियां ते मेरा अड करो सब कुछ सास भी छदेणे आ ते जठाणी भी छदेणे मेनू करो अड करो तू ही आई मैं चतरो ठीक है मैं नहीं आई कल खोर हैगीयां ताई कल्ली होणा चाहुंदी इस करके मैं रणजीत नु समझाता मैं अड होणा तू रणजीत नु समझाउण जोगी पुठे पासे ही लाउनी चंगे पासे थोड़ी लाउनी है पे चंगे पासे समझावा मम्मी ओ मैं तनको कोलियां मंगदियां नु कहना जड़ियां पेके तो लेंदियां ते लै जा ते ओ जा अड तीनों कड़ियां की देनियां जे हुण अपने चो ओ अपने दाज चो कढे जेड़ा दाज मिलिया उथों कढ ले गल सुन लो सीमा दीदी जे मैं कौलियां पेकियां तो लिया ना ते कौलियां इथों दी मैं तेनू नहीं वरतन देनी सो समझ के गल करी क्यों जेडे सस दे भांडे रसोई च लगे है ना ओहो ही रसोई च दोवें जणियां वरतन देनी वा ठीक है ते जे जे कौलियां मैनू अपनियां मंगाउणियां पईयां पेकियां तो ते तू वरती पर सस दीयां कौलियां किद्दां वरतदीयां वरत के दस फिर मैनू ते जे ओने मेरे नाल रहना ते मेरे नाल वरतन दे नाल काहे कि ते मैं सस दीयां कौलियां वरतन नहीं तू जदों अड होणा ते अड अपनियां कौलियां लिया ओ मेरे नाल वरतन नहीं वे मेरीयां वरतूगी ओ तू ही इहदे नाल रहना हां बथेरे
चार दियां भी 6 ला जा कर जड़ियां चार कौलियां रख लो। हां तू 6 ला ले जा मेरीयां चार कौलियां भी चल मैं ले ला मैं तेनु दान कीतियां ही। मम्मी दसो की करना जे देखो जदों उठदी है ना लड़दी है अड करदे अड करदे अड करदे। मैं तो कभी सोचा ही नहीं पुत भी मैं अपने पुत्तां नु अड हुंदिया वेखूंगी। मेरी मैं एक नो चंगी आई है दूजी मेरी चंगी आ जूगी। ओ तां इन्नी तिक्खी आई है कि कुछ ही कुछ ना मेरीयां कौलियां दे दो मेरे भांडे दे दो आ कुछ करना है ना वाजा बाहर तक आउंदियां वा मैं हुणे बाहरों आया मैं कहना नु पता नहीं की हो गया जाऊंगी। फिर इन्हे ले लै 2000 दे सूट ओने 3500 दा सूट चुकया फिर लड़ाई हो अपना लैके जा गई 3500 वाला गुरप्रीत आ। ਮੰਮੀ ਕਹਿੰਦੇ ਚੱਲ ਇੱਕਦਮ ਉਧਰ ਤੇ ਇੱਕਦਮ ਉਧਰ ਮੈਨੂੰ ਘਰ ਹੀ ਸੱਦ ਲੈਣੀ ਹੈ ਤੇ ਸੂਟ ਲੈ ਲੈਣੇ ਤੇ ਤੁਹਾਨੂੰ ਚਾਹੀਦਾ ਸੀ ਉਹਨੂੰ ਕਹਣਾ ਇੱਕੋ ਜੇ ਲੈ ਗਿਆ। ਮੈਂ ਕਿਹਾ ਹੀ ਉਹ ਜੇ ਕੋਈ ਗਲਤੀ ਨਾ ਆ ਗਿਆ ਇਹਨੂੰ ਮੈਂ ਕਿਹਾ ਵੀ ਆਹ ਛੱਡ ਦੇ ਇਹਨਾਂ ਚੋਂ ਲੈ ਕਿਉਂ ਮੈਨੂੰ ਜਿਹੜਾ ਪਸੰਦ ਆਏ ਮੰਗੋ ਕਿੱਥੇ ਚੜੀ ਜਿੱਥੇ ਕਿੱਥੇ ਉਤਰੀ ਸੂਟ ਚੋ ਕੇ ਆਉ ਗਈ ਅਗਲੀ ਗਾਂ ਗਈ ਮੈਨੂੰ ਅੱਡ ਕਰ ਦਿਓ ਮੇਰੇ ਭਾਂਡੇ ਕਰ ਦਿਓ ਮੇਰੇ ਫਲਾਣ ਕਰ ਦਿਓ ਜੇ ਮੈਂ ਕਿਹਾ ਤੂੰ ਜਿਹੜੇ ਲਿਆਂਦੇ ਆ ਨਾ ਤੇ ਉਹ ਦਾ ਅੱਡ ਕਹਿੰਦੀ ਜਿਹੜੀ ਤੇ ਸੱਸ ਦੇ ਭਾਂਡੇ ਆ ਨਾ ਫਿਰ ਤੂੰ ਹੀ ਨਹੀਂ ਵਰਤੇਂਗੀ अड कर दो। इथों तक मेनू राणे ने भी कहता अड कर दो ते इन्हां नूं करो अड।